ਕਰੋਨਾ ਵਾਇਰਸ ਨੇ ਚਾਹੇ ਸਾਰੀ ਦੁਨੀਆ ਵਿੱਚ ਦਹਿਸ਼ਤ ਪਾ ਰੱਖੀ ਹੈ ਅਤੇ ਲੋਕ ਆਪਸ ਵਿੱਚ ਮਿਲਣੋ ਜੁਲਣੋਂ ਕਤਰਾਉਣ ਲੱਗ ਪਏ ਹਨ। ਲੋਕਾਂ ਦੇ ਧਾਰਮਿਕ ਸਥਾਨ ਵੀ ਲਗਭਗ ਖਾਲੀ ਹੀ ਦੇਖਣ ਨੂੰ ਮਿਲ ਰਹੇ ਹਨ, ਪਰ ਹਿੰਦੁਸਤਾਨ ਦੇ ਵਿੱਚ ਲੋਕਾਂ ਦੇ ਉੱਤੇ ਕੋਈ ਬਹੁਤਾ ਇਸ ਦਾ ਅਸਰ ਦਿਖਾਈ ਨਹੀਂ ਦੇ ਰਿਹਾ। ਹਿੰਦੁਸਤਾਨ ਦੇ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਦੇ ਨਾਲ ਮਨਾਇਆ ਗਿਆ। ਸੁਨਾਮ ਦੇ ਵਿੱਚ ਵੀ ਹੋਲੀ ਦੀ ਧੂਮ ਰਹੀ। ਬੇਡਰ ਬੇਖੌਫ ਕਿਸੇ ਤਰ੍ਹਾਂ ਦਾ ਵੀ ਕਰੋਨਾ ਦਾ ਡਰ ਇਹਨਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਦਿਖਾਈ ਨਹੀਂ ਦਿੱਤਾ ਅਤੇ ਆਪਣੀ ਸੰਸਕ੍ਰਿਤੀ, ਆਪਣੇ ਤਿਉਹਾਰ ਨੂੰ ਬੜੇ ਹੀ ਮਾਣ ਦੇ ਨਾਲ ਮਨਾਇਆ। ਹਾਂਜੀ ਸਰ ਜੀ, ਕੀ ਨਾਮ ਹੈ ਆਪਣਾ? ਮੇਰਾ ਨਾਮ ਨਵਿੰਦਰਪਾਲ ਸਿੰਘ ਹੈ ਜੀ। ਹਾਂਜੀ, ਇਸ ਟਾਈਮ ਕਿੱਥੇ ਖੜ੍ਹੇ ਹੋ? ਇਸ ਟਾਈਮ ਅਸੀਂ ਚੁਹਾਟੇ ਦੇ ਵਿੱਚ ਖੜ੍ਹੇ ਹਾਂ ਜੀ, ਚੁਹਾਟੇ ਬਾਜ਼ਾਰ 'ਚ। ਹਾਂਜੀ, ਅਤੇ ਇਹ ਸਾਰੇ ਜਿਹੜੇ ਹੋਲੀ ਦੇ ਤਿਉਹਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਜੀ ਹੋਲੀ ਦਾ ਤਿਉਹਾਰ ਮਤਲਬ ਬਹੁਤ ਹੀ ਵਧੀਆ ਅਤੇ ਬਹੁਤ ਹੀ ਰੰਗਾ ਤਿਉਹਾਰ ਹੈ। ਮਤਲਬ ਇਹਨੂੰ ਬੜਾ ਸੇਫਲੀ ਅਤੇ ਬੜਾ ਹੀ ਸਹੀ ਤਰੀਕੇ ਨਾਲ ਮਨਾਉਣਾ ਚਾਹੀਦਾ ਤਾਂ ਕਿ ਸਾਰੇ ਹੀ ਇੰਜੋਏ ਕਰ ਸਕਣ। ਅਤੇ ਬਾਕੀ ਜਿਹੜਾ ਤੁਸੀਂ ਹੋਲੀ ਦਾ ਤਿਉਹਾਰ ਮਨਾ ਰਹੇ ਹੋ, ਇਹ ਪਹਿਲੀ ਵਾਰ ਮਨਾ ਰਹੇ ਹੋ ਜਾਂ ਆਈ ਸਾਲ ਹੀ ਮਨਾਉਂਦੇ ਹੋ? ਹਰ ਸਾਲ ਮਨਾਇਆ ਜਾਂਦਾ ਜੀ। ਹਰ ਸਾਲ ਮਨਾਉਂਦੇ ਹਾਂ ਜੀ। ਹਰ ਸਾਲ ਐਵੇਂ ਘਰਾਂ 'ਚ ਚੱਕ ਚੱਕ ਕੇ ਸਾਰੇ ਜਿਹੜੇ ਨੇ ਲੁਕੇ ਹੋਏ ਹੁੰਦੇ ਨੇ, ਨਹਾਏ ਹੋਏ ਹੁੰਦੇ ਨੇ। ਹਾਂਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਗੁਰਮੀਤ ਹੈ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੋਲੀ ਦੇ ਤਿਉਹਾਰ ਬਾਰੇ? ਇਹ ਤਿਉਹਾਰ ਜੀ ਇੱਕ ਸਾਲ ਬਾਅਦ ਆਉਂਦਾ ਜੀ, ਅਤੇ ਅਸੀਂ ਆਪਣੇ ਸਾਰੇ ਫਰੈਂਡ ਜਿੰਨੇ ਵੀ ਹੈ ਜੀ, ਪੁਰਾਣੇ ਜੀ ਨਵੇਂ, ਇਕੱਠੇ ਕਰਕੇ ਜੀ ਪੂਰਾ ਇੰਜੋਏ ਕਰ ਰਹੇ ਹਾਂ ਜੀ ਇਹ ਤਿਉਹਾਰ। ਬੜੀ ਧੂਮਧਾਮ ਨਾਲ ਮਨਾਇਆ ਜਾਂਦਾ। ਕੀ ਨਾਮ ਹੈ ਜੀ ਆਪਣਾ? ਮਨਦੀਪ ਸਿੰਘ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਹੋਲੀ ਦੇ ਤਿਉਹਾਰ ਬਾਰੇ? ਇੱਕ ਸਾਲ ਬਾਅਦ ਆਉਂਦਾ ਜੀ, ਸਾਰੇ ਅਸੀਂ ਯਾਰ ਮਿੱਤਰ ਇਕੱਠੇ ਕਰਕੇ ਹੋਲੀ ਇੰਜੋਏ ਕਰਦੇ। ਇਸ ਟਾਈਮ ਕਿੱਥੇ ਖੜ੍ਹੇ ਹੋ? ਇਸ ਟਾਈਮ ਅਸੀਂ ਸੁਨਾਮ ਖੜ੍ਹੇ। ਕਿਹੜਾ ਮਹੱਲੇ ਦੇ ਵਿੱਚ? ਬਸ ਹੈ ਜੀ।